ਸਾਰੇ ਬੈਠੋ, ਲੱਖਾ ਐਮਸੀ ਸਾਡਾ ਵੀਰ, ਉਹਨਾਂ ਦੇ ਗ੍ਰਹਿ ਵਿਖੇ ਇਕੱਤਰ ਹੋਈ ਸਾਰੀ ਸੰਗਤ, ਮੇਰੀਆਂ ਸਤਿਕਾਰਯੋਗ ਮਾਵਾਂ, ਮੇਰੇ ਸਤਿਕਾਰਯੋਗ ਵੀਰ, ਸਾਡੀਆਂ ਭੈਣਾਂ, ਲਾਡਲੇ ਬੱਚੇ, ਸਾਰੀ ਸੰਗਤ ਨੂੰ ਫਤਿਹ ਅਰਜ਼ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਦੀਆਂ। ਧੰਨਵਾਦ ਧੰਨਵਾਦ ਸੱਚੇ ਪਾਤਸ਼ਾਹ, ਤੁਹਾਡੇ ਤੇ ਸਵੱਲੀ ਨਿਗਾਹ ਹਮੇਸ਼ਾ ਬਣਾਈ ਰੱਖਣ, ਚੜ੍ਹਦੀ ਕਲਾ ਬਖਸ਼ਣ, ਤੁਹਾਡੇ ਬੱਚੇ ਸਲਾਮਤ ਰਹਿਣ, ਪਰਮਾਤਮਾ ਬਜ਼ੁਰਗਾਂ ਨੂੰ ਤੰਦਰੁਸਤੀ ਦੇਣ, ਠੰਡ ਚ ਬਚੇ ਰਹੋ, ਜਿਉਂਦੇ ਵਾਸਤੇ ਰਹੋ। ਕੀ ਹਾਲ ਹੈ ਸਾਰਿਆਂ ਦਾ, ਠੀਕ ਠਾਕ ਹੋ? ਕੀ ਗੱਲ ਭਾਈ, ਮੈਨੂੰ ਲੱਗਦਾ ਹੈ ਰੋਟੀ ਨੀ ਖਾਧੀ, ਜਾਨ ਜੀ ਨੀ ਲੱਗਦੀ ਕਿਸੇ ਚ, ਜਾਨ ਹੈਗੀ ਹੈ। ਗੱਲ ਦਾ ਜਵਾਬ ਦਿਆ ਜੇ ਕਿ ਵੈਸੇ ਘੱਟ ਬੋਲਦੇ ਹੋ, ਬੀਬੀਆਂ ਚੁੱਪ ਰਹਿੰਦੀ ਹੈ ਲੱਗਦਾ, ਚੁੱਪ ਰਹਿੰਦੇ ਹੋ? ਕੀ ਹਾਲ ਹੈ ਸਾਰਿਆਂ ਦਾ, ਠੀਕ ਠਾਕ ਹੋ? ਸਾਰੇ ਤਿਆਰ ਹੋ 20 ਤਰੀਕ ਨੂੰ ਪੰਜੇ ਦਾ ਬਟਨ ਦੱਬਣ ਵਾਸਤੇ? ਪੱਕਾ ਭਾਈ, ਮਾੜੇ ਦਾ ਹੱਥ ਤਾਂ ਕਰਿਆ ਜੀ, ਤਿਆਰ ਹੋ ਵੋਟਾਂ ਪਾਉਣ ਵਾਸਤੇ? ਧੰਨਵਾਦ। ਵੇਖੋ, ਇੱਕ ਆਪਾਂ ਇੱਕ ਬਹੁਤ ਵੱਡਾ ਇਤਿਹਾਸ ਰਚਨ ਜਾ ਰਹੇ ਹਾਂ ਸਾਰੇ ਰਲ ਕੇ। ਇਹ ਜਿਹੜੀ 20 ਤਰੀਕ ਨੂੰ ਚੋਣ ਹੋ ਰਹੀ ਹੈ, ਇਹ ਇਕੱਲੀ MLA ਦੀ ਚੋਣ ਨਹੀਂ। ਮੈਂ ਸਾਰੀ ਸੰਗਤ ਨਾਲ ਅੱਜ ਇੱਕ ਬੜੀ ਜ਼ਰੂਰੀ ਗੱਲ ਸਾਂਝੀ ਕਰਨ ਵਾਸਤੇ ਆਈ ਹਾਂ। 20 ਤਰੀਕ ਨੂੰ ਗਿੱਦੜਵੇ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ। ਇਸ ਜਿਮਨੀ ਚੋਣ ਨੇ ਗਿੱਦੜਵੇ ਦਾ ਭਵਿੱਖ ਤੈਅ ਕਰਨਾ ਹੈ। ਅੱਜ ਜਿੰਨੇ ਬੱਚੇ ਬੈਠੇ ਹੈ ਨਾ ਇੱਥੇ, ਭਾਈ, ਇਹਨਾਂ ਬੱਚਿਆਂ ਦੇ ਵਾਸਤੇ ਜਿਸ ਤਰ੍ਹਾਂ ਦਾ ਭਵਿੱਖ ਤੁਸੀਂ ਸੋਚਦੇ ਹੋ, ਅਸੀਂ ਵੀ ਉਸੇ ਤਰ੍ਹਾਂ ਦਾ ਸੋਚਦੇ ਹਾਂ, ਆਪਾਂ ਗਲੀਆਂ, ਸੜਕਾਂ, ਸਰਕਾਰੀ ਕਾਲਜ, ਹਸਪਤਾਲ, ਪਾਰਕ, ਜਿਮ, ਇਹ ਚੀਜ਼ਾਂ ਲਿਆਉਂਦੀਆਂ, ਠੀਕ ਹੈ? ਇਹ ਤਾਂ ਜਿਉਂਦੇ ਜੀ ਚਲੋ ਆਈ ਜਾਣਗੀਆਂ ਗਲੀਆਂ ਸੜਕਾਂ, ਜਦੋਂ ਜਿਵੇਂ ਜਿਵੇਂ ਆਬਾਦੀ ਵਧੂਗੀ ਇਹ ਚੀਜ਼ਾਂ ਆਉਣਗੀਆਂ। ਪਰ ਜਿਹੜੀ ਇੱਕ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ, ਜਿਹੜੀ ਜਿੰਨੀਆਂ ਇੱਥੇ ਮਾਵਾਂ ਬੈਠੀਆਂ ਤੇ ਭੈਣਾਂ ਬੈਠੀਆਂ ਨਾ, ਜੇ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਬੱਚਾ ਜਦੋਂ ਪੁੱਤ ਜੰਮਦਾ ਹੈ ਨਾ, ਤਾਂ ਜੰਮਣ ਤੇ ਨਾ ਮਾਂ ਨੂੰ ਇੱਕ ਉਮੀਦ ਜੀ ਜਾਗ ਪੈਂਦੀ ਹੈ ਕਿ ਇਹ ਮੈਨੂੰ ਬੁਢਾਪੇ ਚ ਪਾਲੂਗਾ, ਸਾਂਭੂਗਾ। ਬੱਚੇ ਨੂੰ ਮਾਂ ਪਾਲਦੀ ਹੈ ਇੱਕ ਉਮੀਦ ਰੱਖ ਕੇ ਦਿਲ ਦੇ ਵਿੱਚ ਕਿ ਇਹ ਮੈਨੂੰ ਨਾ ਬੁਢਾਪੇ ਵੇਲੇ ਸਾਂਭੂਗਾ। ਤੇ ਜੇ ਪੁੱਤ ਵੱਡਾ ਹੋ ਕੇ ਨਸ਼ਿਆਂ ਤੇ ਲੱਗ ਜੇ, ਨਾ ਉਹਦਾ ਦੁੱਖ ਹੈ ਜਿਹੜਾ, ਉਹ ਸਿਰਫ ਉਸ ਪਰਿਵਾਰ ਦੀ ਮਾਂ
ਜਾਂ ਉਸ ਮੁੰਡੇ ਦੀ ਘਰ ਵਾਲੀ ਜਾਣਦੀ ਹੈ ਭਾਈ ਮੇਰੇ ਅੱਗੇ ਭਾਸ਼ਣ ਦੇਣ ਵਾਲਾ ਸੁਣਨ ਵਾਲਾ ਕਿਸੇ ਨੂੰ ਕੁਛ ਨਹੀਂ ਪਤਾ ਕਿਉਂਕਿ ਜਿਹੜੀ ਮਾਂ ਨੇ ਦਿਨ ਰਾਤ ਇੱਕ ਕਰਕੇ ਸੁੱਕੇ ਤੇ ਆਪਦੇ ਪੁੱਤ ਨੂੰ ਪਾ ਕੇ ਗਿੱਲੇ ਤੇ ਆਪ ਰਹਿ ਕੇ ਰਾਤਾਂ ਕੱਟੀਆਂ ਹੁੰਦੀਆਂ ਨਾ ਉਸ ਮਾਂ ਨੂੰ ਪਤਾ ਹੁੰਦਾ ਜਿਹਦੀ ਦਿਨ ਰਾਤ ਦੀ ਮਿਹਨਤ ਤੇ ਸਾਰੀ ਉਮਰ ਦੀ ਕਮਾਈ ਨਸ਼ੇ ਚ ਰੁੜ ਜਾਂਦੀ ਹੈ। ਅੱਜ ਜਿਹੜੀ ਮੈਂ ਗੱਲ ਮਾਵਾਂ ਨਾਲ ਕਰਨ ਲੱਗੀ ਹਾਂ ਨਾ ਸਾਰੀਆਂ ਗੱਲਾਂ 10 ਮਿੰਟ ਬਾਅਦ ਚ ਕਰੇ ਜੇ ਭਾਈ ਮੇਰੀ ਗੱਲ ਵੱਲ ਧਿਆਨ ਦਿਓ ਬਹੁਤ ਜ਼ਰੂਰੀ ਗੱਲ ਕਰਨ ਲੱਗੀ ਹੈ ਤੁਹਾਡੇ ਨਾਲ। ਸਾਡੇ ਪੰਜਾਬ ਦੇ ਵਿੱਚ ਤੇ ਨਸ਼ਿਆਂ ਦੀ ਜਿਹੜੀ ਬਿਮਾਰੀ ਹੈ ਭਾਈ ਉਹ ਅੱਜ ਝਾੜੂ ਵਾਲੀ ਸਰਕਾਰ ਦੇ ਵਿੱਚ ਸਿਖਰਾਂ ਤੇ ਹੈ। ਝਾੜੂ ਵਾਲੀ ਸਰਕਾਰ ਦੇ ਵਿੱਚ ਨਸ਼ਿਆਂ ਦਾ ਇੱਕ ਦਰਿਆ ਵਹਿੰਦਾ ਹੈ ਸਾਡੇ ਇੱਥੇ। ਮੈਨੂੰ ਇੱਕ ਗੱਲ ਦੱਸੋ ਜਿੰਨੇ ਤੁਸੀਂ ਇੱਥੇ ਬੈਠੇ ਹੋ ਤੁਹਾਡਾ ਕੀ ਜੀ ਕਰਦਾ ਕਿ ਨਸ਼ੇ ਹੋਣੇ ਚਾਹੀਦੇ ਕਿ ਬੰਦ ਹੋ ਜਾਣੇ ਚਾਹੀਦੇ ਆ ਬਾਈ? ਨਸ਼ਿਆਂ ਨੇ ਸਾਡੀ ਆਹ ਪੀੜ੍ਹੀ ਬਰਬਾਦ ਕਰਤੀ। ਜਿਹੜੀ ਆਉਣ ਵਾਲੇ ਬੱਚੇ ਬੈਠੇ ਇੱਥੇ ਇਹਨਾਂ ਨੂੰ ਚੰਗੇ ਮਾੜੇ ਦੀ ਕੋਈ ਖਬਰ ਨਹੀਂ, ਪਰ ਜੇ ਕੋਈ ਘਰ ਹੀ ਆ ਕੇ ਪੜਾ ਜੂਗਾ ਬੱਚਾ ਕੀ ਕਰੂਗਾ, ਬੇਸਮਝੀ ਹੈ। ਸੋ ਭਾਈ ਸਾਡੀ ਇੱਕ ਸੋਚ ਹੈ, ਮੈਂ ਸਾਰੀਆਂ ਬੀਬੀਆਂ ਭੈਣਾਂ ਨੂੰ ਗੱਲ ਕਰਨਾ ਚਾਹੁੰਦੀ ਹਾਂ, ਸਾਡੀ ਪਰਿਵਾਰ ਦੀ ਇੱਕ ਸੋਚ ਹੈ। ਉਹ ਸੋਚ ਨੂੰ ਲੈ ਕੇ ਅਸੀਂ ਇਸ ਹਲਕੇ 'ਚ ਆਏ ਸੀ ਜਦੋਂ ਅਸੀਂ ਪਹਿਲੀ ਵਾਰੀ ਆਏ ਸੀ ਨਾ ਬੀਜੀ ਇਸ ਹਲਕੇ 'ਚ, ਆਪਣੇ ਤੋਂ ਕਿਸੇ ਨੇ ਗਲੀ ਸੜਕ ਨਹੀਂ ਸੀ ਮੰਗੀ। ਬੀਬੀਆਂ ਇੱਕੋ ਗੱਲ ਕਹਿੰਦੀਆਂ ਹੁੰਦੀਆਂ ਸੀ ਕਿ ਸਾਨੂੰ ਤਾਂ ਜੀ ਇਕੱਲੇ ਸਿਲੰਡਰ ਲਿਆ ਦਿਆ ਜੀ, ਜੇ ਜਿੱਤ ਗਏ ਸਾਨੂੰ ਇਕੱਲੇ ਸਿਲੰਡਰ ਚਾਹੀਦੇ ਆ ਜੀ। ਸਿਲੰਡਰ ਦਾ ਮੁੱਲ ਹੈ ਨਾ ਜਿਹੜਾ ਅਸੀਂ ਬਲੈਕ 'ਚ ਲੈਂਦੇ ਹਾਂ ਦੁੱਗਣੇ ਮੁੱਲ ਤੇ ਸਿਲੰਡਰ ਲੈਂਦੇ ਹਾਂ। ਸਾਡੇ ਘਰੇ ਤਾਂ ਕਈ ਵਾਰੀ ਚਾਹ ਨਹੀਂ ਬਣਦੀ ਕਿਉਂਕਿ ਸਿਲੰਡਰ ਨਹੀਂ ਹੁੰਦਾ। ਇਹ ਗੱਲਾਂ ਮੇਰੇ ਨਾਲ ਮਾਵਾਂ ਨੇ ਬੀਬੀਆਂ ਨੇ ਸਾਂਝੀਆਂ ਕੀਤੀਆਂ ਸੀ, ਯਾਦ ਹੈ ਤੁਹਾਨੂੰ ਕਿ ਨਹੀਂ ਯਾਦ? ਯਾਦ ਹੈ। ਸੋ ਵੇਖੋ ਜਦੋਂ ਅਸੀਂ ਪਹਿਲੀ ਵਾਰੀ ਆਏ ਨਾ ਇੱਥੇ ਤਾਂ ਉਦੋਂ ਮਨਪ੍ਰੀਤ ਵੀਰ ਜੀ ਹਰੀ ਬਾਦਲ ਸਰਕਾਰ ਹੁੰਦੀ ਸੀ ਤੇ ਬਾਦਲ ਪਰਿਵਾਰ ਦਾ ਬੋਲਬਾਲਾ ਸੀ ਤੇ ਭਾਈ ਖਜ਼ਾਨਾ ਮੰਤਰੀ ਹੁੰਦਾ ਸੀ ਮੇਰਾ ਵੀਰ ਇੱਥੋਂ ਮਨਪ੍ਰੀਤ ਬਾਦਲ ਤੇ ਸੁਖਬੀਰ ਆ ਜਿਹੜੇ ਡਿੰਪੀ ਵੀਰ ਜੀ ਹੈ ਝਾੜੂ ਵੱਲੋਂ ਚੋਣ ਲੜ ਰਹੇ ਹੈ ਇਹ ਵੀ ਬਾਦਲਾਂ ਨਾਲ ਹੁੰਦੇ ਸੀ। ਦੋਵਾਂ ਨੇ ਰਾਜ ਭਾਗ ਬੜਾ ਵੰਡਾਇਆ ਦੋਵਾਂ ਨੇ, ਪਰ ਗੈਸ ਏਜੰਸੀ ਦੋਵਾਂ ਚੋਂ ਕਿਸੇ ਨੇ ਲਿਆ ਕੇ ਨਹੀਂ ਦਿੱਤੀ। ਜਿਹੜੀ ਰੋਟੀ ਪਕਣ ਲਈ ਨਾ ਚੁੱਲ੍ਹਿਆਂ ਤੇ ਤੇ ਜਿਹੜੇ ਸਿਲੰਡਰ ਅੱਜ ਘਰ ਘਰ ਆਮ ਫਿਰਦੇ ਹੈ ਤੁਸੀਂ ਘਰੇ ਆਏ ਮੋੜ ਦਿੰਦੇ ਹੋ, ਇਹ ਰਾਜੇ ਵੜਿੰਗ ਕਰਕੇ ਹੈ। ਅੱਜ ਇਸ ਗੱਲ ਵੱਲ ਗੌਰ ਕਰਨ ਦੀ ਲੋੜ ਹੈ। ਗਿੱਦੜਵੇ ਨੂੰ ਪਹਿਲਾ ਸਰਕਾਰੀ ਕਾਲਜ, ਮੇਰੇ ਦੋਵੇਂ ਭਰਾ ਜਿਹੜੇ ਮੇਰੇ ਅੱਜ ਸਾਹਮਣੇ ਲੜ ਰਹੇ ਹੈ ਇਹਨਾਂ ਦੋਵਾਂ ਨੇ ਅਕਾਲੀ ਦਲ ਦੇ ਵਿੱਚ ਬਹੁਤ ਤਾਕਤ ਹੰਢਾਈ ਹੈ, ਬਹੁਤ ਤਾਕਤ ਹੰਢਾਈ ਹੈ, ਪਰ ਭਾਈ ਆਪਦੇ ਹੀ ਘਰ ਬਣਾਏ ਹੈ ਦੋਵਾਂ ਜਣਿਆਂ ਨੇ। ਗਿੱਦੜਵੇ ਨੂੰ ਪਹਿਲਾਂ ਸਰਕਾਰੀ ਕਾਲਜ ਰਾਜਾ ਵੜਿੰਗ ਨੇ ਲਿਆ ਕੇ ਦਿੱਤਾ, ਇਹਨਾਂ ਨੇ ਨਹੀਂ ਲਿਆ ਕੇ ਦਿੱਤਾ। ਜਿੰਨੀਆਂ ਗਲੀਆਂ ਸੜਕਾਂ ਪਾਰਕ ਸਕੂਲ ਹਸਪਤਾਲ ਅੱਜ ਸਾਡੇ ਗਿੱਦੜਵਾ ਦੇ ਹਸਪਤਾਲ ਦੇ ਵਿੱਚ ਗੋਡੇ ਵੀ ਬਦਲੇ ਜਾਂਦੇ ਨੇ, ਇਹ ਸਾਰੀ ਦੇਣ ਤੁਹਾਡੇ ਭਰਾ ਦੀ ਹੈ। ਸੋ ਸਾਡਾ ਇੱਕ ਸੁਪਨਾ ਹੈ ਗਿੱਦੜਵੇ ਨੂੰ ਲੈ ਕੇ ਕਿ ਜਿੰਨੇ ਕੰਮ ਕਰਦੇ ਉਹ ਤਾਂ ਹੋ ਗਏ। ਹੁਣ ਅਗਲੀ ਗੱਲ ਇਹ ਹੈ ਕਿ ਗਿੱਦੜਵੇ ਦੇ ਵਿੱਚ ਇੱਕ ਵੱਡਾ ਰੋਜ਼ਗਾਰ ਦਾ ਸਾਧਨ ਲਿਆਂਦਾ ਜਾਵੇ, ਇਹਨਾਂ ਕੰਮਾਂ ਤੋਂ ਬਾਅਦ ਅਗਲਾ ਕੰਮ ਆਇਆ। ਅਸੀਂ ਆਪਦੇ ਹਲਕੇ ਚੋਂ ਨਸ਼ਾ ਖਤਮ ਕਰਨ ਦੇ ਲਈ ਜੋ ਵੀ ਕਰਨਾ ਪਿਆ ਉਹ ਕਰਾਂਗੇ।
ਜੋ ਵੀ ਕਰਨਾ ਪਿਆ ਉਹਦੇ ਵਾਸਤੇ ਮੈਂ ਸਾਰੀਆਂ ਭੈਣਾਂ ਨੂੰ ਤੇ ਮਾਵਾਂ ਨੂੰ ਇੱਕ ਬੇਨਤੀ ਕਰਦੀ ਹਾਂ ਤੁਸੀਂ ਸਾਡਾ ਸਾਥ ਦਿੱਤਾ ਇੱਥੋਂ ਤੱਕ ਪਹੁੰਚੀ ਹੈ ਤੇ ਤੁਹਾਡੇ ਕੰਮ ਕੀਤੇ ਹੈ ਜੇ ਏਜੰਸੀ ਲੈਂਦੀ ਹੈ ਨਾ ਅਸੀਂ ਘਰੇ ਬੈਠੇ ਨਹੀਂ ਸੀ ਲਿਆ ਸਕਦੇ ਤੁਸੀਂ ਸਾਨੂੰ ਜ਼ਿੰਮੇਵਾਰੀ ਲਈ ਤਾਕਤ ਦਿੱਤੀ ਤਾਕਤ ਦਿੱਤੀ ਤਾਂ ਅਸੀਂ ਏਜੰਸੀ ਜਾ ਕੇ ਲਿਆਂਦੀ ਤੁਸੀਂ ਤਾਕਤ ਦਿੱਤੀ ਤਾਂ ਇੰਨਾ ਸਮਾਨ ਲਿਆਂਦਾ ਅੱਜ ਇੱਕ ਬੜੀ ਵੱਡੀ ਗੱਲ ਹੋਰ ਹੈ ਮਾਵਾਂ ਦੇ ਭੈਣਾਂ ਨਾਲ ਖਾਸ ਗੱਲ ਕਰਨ ਲੱਗੀ ਹੈ ਭਾਈ ਮੇਰੀ ਗੱਲ ਧਿਆਨ ਨਾਲ ਸੁਣਿਆ ਜੇ 78 ਸਾਲਾਂ ਬਾਅਦ ਪਹਿਲੀ ਵਾਰ ਕਿਸੇ ਭੈਣ ਨੂੰ ਮੌਕਾ ਮਿਲਿਆ ਐਮਐਲਏ ਦੀ ਕੁਰਸੀ ਨੂੰ ਸਾਂਭਣ ਦਾ ਇੱਕ ਚਾਂਸ ਦਿੱਤਾ ਕਾਂਗਰਸ ਪਾਰਟੀ ਨੇ ਹੁਣ ਜਿਹੜੀਆਂ ਭੈਣਾਂ ਤੇ ਮਾਵਾਂ ਇੱਥੇ ਬੈਠੀਆਂ ਭਾਈ ਮੈਂ ਤੁਹਾਨੂੰ ਗੱਲ ਪੁੱਛਦੀ ਹੈ ਜੇ ਕੋਈ ਪਿੰਡ ਦੀ ਕੁੜੀ ਕੋਈ ਦਫ਼ਤਰ ਸਾਂਭ ਲੈ ਜਾ ਕੇ ਕਲਰਕ ਹੀ ਲੱਗ ਜੇ ਤੇ ਸਾਰਾ ਪਿੰਡ ਕਹਿਣ ਲੱਗ ਪੈਂਦਾ ਕਿ ਸਾਡੀ ਕੁੜੀ ਕਲਰਕ ਲੱਗੀ ਹੈ ਤੇ ਭਾਈ ਜੇ ਕੋਈ ਫਾਰਮ ਭਰਾਉਣਾ ਹੋਇਆ ਨਾ ਤੇ ਉਹਦੇ ਕੋਲ ਜਾ ਕੇ ਭਰਾ ਲਈ ਮੇਰਾ ਨਾਂ ਲੈ ਜੀ ਕਹਿ ਦਿੰਦੇ ਹਾਂ ਕਹਿੰਦੇ ਹੋ ਨਾ ਜੇ ਕੋਈ ਆਪਦੇ ਪਿੰਡ ਦੀ ਡਾਕਟਰ ਲੱਗੀ ਹੋਵੇ ਤੇ ਸਾਰੇ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੰਦੇ ਹੈ ਕਿ ਭਾਈ ਸਾਡੀ ਕੁੜੀ ਡਾਕਟਰ ਹੈ ਤੇ ਫੋਨ ਮਾਰਤਾ ਉਹਨੂੰ ਤੇ ਜਾ ਕੇ ਮਿਲਿਆ ਹੀ ਦਵਾਈ ਦੇਊਗੀ ਤੈਨੂੰ ਕੋਲੇ ਭਾ ਕੇ ਦਵਾਈ ਦੇਊਗੀ ਚਾਹ ਵੀ ਪਿਆਊਗੀ ਤੈਨੂੰ ਮੁਫ਼ਤ ਦੇਊਗੀ ਦਵਾਈ ਮੈਂ ਉਹਨੂੰ ਕਹਿਤਾ ਪੈਸੇ ਨਾ ਲਿਓ ਕਹਿ ਦਿੰਦੇ ਹੈ ਨਾ ਤੇ ਜੇ ਆਪਦੀ ਭੈਣ ਨੂੰ ਐਮਐਲਏ ਬਣਾ ਲਓਗੇ ਸਾਰੀਆਂ ਭੈਣਾਂ ਆ ਜਾ ਕਰਨਗੀਆਂ ਮੈਂ ਤਾਂ ਇਹ ਵੀ ਨਹੀਂ ਪੁੱਛਦੀ ਨਾਲ ਕਿਉਂ ਨਹੀਂ ਲੈ ਕੇ ਆਈ ਕਿਸੇ ਨੂੰ ਮੈਂ ਤਾਂ ਕਹੂੰਗੀ ਤੂੰ ਆ ਗਈ ਸਾਰਾ ਕੁਝ ਆ ਗਿਆ ਅੱਜ 78 ਸਾਲਾਂ ਬਾਅਦ ਕਿਸੇ ਔਰਤ ਕੋਲੇ ਜ਼ਿੰਮੇਵਾਰੀ ਸਾਂਭਣ ਦਾ ਇੱਕ ਮੌਕਾ ਹੈ ਜਿਵੇਂ ਗੱਲ ਮੈਂ ਤੁਹਾਡੀ ਕੋਲੇ ਬਹਿ ਕੇ ਸੁਣ ਲੈਣੀ ਹੈ ਨਾ ਆ ਤੁਹਾਡੇ ਸਾਹਮਣੇ ਤਿੰਨ ਉਮੀਦਵਾਰ ਖੜੇ ਹੈ ਡਿੰਪੀ ਢਿੱਲੋਂਵੀਰ ਜੀ ਹੈ ਮਨਪ੍ਰੀਤ ਬਾਈ ਜੀ ਹੈ ਤੇ ਤੁਹਾਡੀ ਭੈਣ ਹੈ ਤੁਸੀਂ ਆਪਦੇ ਦਿਲ ਤੇ ਹੱਥ ਧਰ ਕੇ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਲਈ ਨਿੱਜੀ ਤੌਰ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਨਿਭੂਗਾ ਮੈਂ ਨਹੀਂ ਕਹਿੰਦੀ ਮੈਨੂੰ ਵੋਟ ਪਾਓ ਮੈਂ ਤਾਂ ਇਹ ਕਹਿੰਦੀ ਤੁਸੀਂ ਦੱਸੋ ਕਿੰਨਾ ਚੋਂ ਕਿਹੜਾ ਤੁਹਾਡੇ ਨਾਲ ਨਿਭੂਗਾ ਹਾਂਜੀ ਭਾਈ ਮੈਨੂੰ ਨਾ ਉੱਚੀ ਸੁਣਦਾ ਮੈਨੂੰ ਸੁਣਦਾ ਘੱਟ ਹੈ ਮਾੜਾ ਜਿਹਾ ਇਸ ਗੱਲ ਨਾਲ ਸਹਿਮਤ ਹੋ ਪੱਕਾ ਸਹਿਮਤ ਹੋ ਸੋ ਅੱਜ ਹੀ ਹੈ ਅੱਜ ਮੈਂ ਆਪਾਂ ਤਾਂ ਕੋਈ ਭਾਈ ਕਿਸੇ ਨੂੰ ਕੋਈ ਆਪਾਂ ਤਾਂ ਇਹ ਨੀ ਕਹਿੰਦੇ ਜੇ ਤੂੰ ਵੋਟ ਨਾ ਪਾਈ ਤਾਂ ਆਹ ਕਰ ਦਿਆਂਗੇ ਜਿਵੇਂ ਇਹ ਕਹਿੰਦੇ ਫਿਰਦੇ ਆ ਤੁਹਾਨੂੰ ਪਤਾ ਰਾਤੀ ਇਹਨਾਂ ਨੇ ਕੀ ਕੀਤਾ ਰਾਤੀ ਆਪਣੇ ਇੱਕ ਸ਼ਹਿਰ ਦੇ ਐਮਸੀ ਦੇ ਘਰੇ ਭਾਈ ਇੱਕ ਮਿੰਟ ਸਾਰੀ ਸੰਗਤ ਦੇ ਵਿੱਚ ਇਹ ਗੱਲ ਦੱਸਣ ਲੱਗੀ ਹੈ ਰਾਤੀ ਆਪਣੇ ਇੱਕ ਐਮਸੀ ਦੇ ਘਰੇ ਹੁਣ ਮੈਂ ਨਾਂ ਨਹੀਂ ਲੈਂਦੀ ਇਹਦੀ ਸੰਗਤ ਹੈ ਵੀਡੀਓਜ਼ ਵੀ ਬਣ ਰਹੀ ਹੈ ਰਾਤ ਨੂੰ 12 ਵਜੇ ਉਹਦੇ ਘਰੇ ਚਲੇ ਗਏ ਕਿਉਂਕਿ ਉਹ ਆਪਣਾ ਬਹੁਤ ਮੇਨ ਖਾਸ ਐਮਸੀ ਹੈ ਉਹਦੇ ਘਰੇ ਚਲੇ ਗਏ ਕਹਿੰਦੇ ਸਾਡੇ ਨਾਲ ਰਲ ਧੱਕਾ ਕਰਦੇ ਉਹਦੇ ਨਾਲ ਉਹਦੀ ਘਰ ਵਾਲੀ ਕੱਲੀ ਸੀ ਘਰੇ ਕਿਉਂਕਿ ਉਹ ਐਮਸੀ ਕੰਮ ਕਰਾਉਂਦਾ ਫਿਰਦਾ ਸੀ ਅੱਜ ਕੱਲ੍ਹ ਵੋਟਾਂ ਦੇ ਦੇਣ ਵੋਟਾਂ ਵੋਟਾਂ ਮੰਗ ਕੇ ਫਿਰਦੇ ਸੀ ਉਹ ਕਹਿੰਦੀ ਭਾਈ ਮੈਂ ਤੇ ਮੇਰੀ ਮਾਂ ਘਰੇ ਅਸੀਂ ਦਰਵਾਜ਼ਾ ਨਹੀਂ ਖੋਲਣਾ ਉਹਨੇ ਦਰਵਾਜ਼ਾ ਨਹੀਂ ਖੋਲਿਆ ਭੈਣੇ ਸਵੇਰੇ 5 ਵਜੇ ਫੋਨ ਆ ਗਿਆ ਕਿ ਇਸ ਤਰ੍ਹਾਂ ਘਰ ਦੇ ਬਾਹਰ ਖੜੇ ਆ ਦਰਵਾਜ਼ਾ ਖੋਲ ਸਾਡੇ ਨਾਲ ਰਲ ਹੁਣ ਇਹ ਜਿਹੜੇ ਝਾੜੂ ਵਾਲੇ ਆ ਤੇ ਜਿਹੜੇ ਦੂਜੇ ਵੀਰ ਜੀ ਆ ਨਾ ਹੁਣ ਭਾਈ ਇਹ ਲੋਕਾਂ ਨੂੰ ਡਰੋਨ ਧਮਕਾਉਂਦੇ ਹੋਏ ਵੇ ਡਰੋਨ ਧਮਕਾਉਂਦੇ ਹੋਏ ਵੇ ਹੈ ਹੁਣ ਇੱਕ ਨਵੀਂ ਗੱਲ ਚੱਲੀ ਵੀ ਹੈ ਕਿ ਐ ਕਰੋ ਇੱਕ ਮੌਕਾ ਦੇ ਦਿਓ ਝਾੜੂ ਨੂੰ ਮੈਂ ਇੱਕ ਸੰਗਤ ਨੂੰ ਗੱਲ ਪੁੱਛਣਾ ਚਾਹੁੰਦੀ ਹਾਂ ਪੰਜਾਬ ਨੇ ਇੱਕ ਮੌਕਾ ਝਾੜੂ ਨੂੰ ਦਿੱਤਾ ਸੀ ਕਿ ਨਹੀਂ ਦਿੱਤਾ ਸੀ
ਝਾੜੂ ਵਾਲਿਆਂ ਨੇ ਵਾਅਦਾ ਕੀਤਾ ਸੀ ਸਾਡੀਆਂ ਭੈਣਾਂ ਨੂੰ ਤੇ ਮਾਵਾਂ ਨੂੰ ਅਸੀਂ ਮਹੀਨੇ ਦਾ 1000 ਰੁਪਇਆ ਦਿਆ ਕਰਾਂਗੇ ਠੀਕ ਹੈ। ਸੋ ਭੈਣਾਂ ਨੂੰ ਇਹ ਲੱਗਿਆ ਕਿ ਜੇ 1000 ਮਿਲੂਗਾ ਤੇ ਜਿਹੜੇ ਪਰਿਵਾਰ ਦੇ ਵਿੱਚ ਭਾਈ 4 ਬੀਬੀਆਂ ਉੱਥੇ 4000 ਮਹੀਨੇ ਦਾ ਜਾਇਆ ਕਰੂਗਾ। ਦਾਦੀ ਹੈ, ਪੋਤੀ ਹੈ, ਮਾਂ ਹੈ, ਭੂਆ ਹੈ, ਜਿੰਨੀਆਂ ਬੀਬੀਆਂ ਜੇ 4-5000 ਮਹੀਨੇ ਦਾ ਆਉਂਦਾ ਤੇ ਸਾਡੇ ਲਈ ਦਾਤ ਚੁਣਗਾ ਅਸੀਂ ਦੇ ਦਿੰਦੇ। ਕੋਈ ਗੱਲ ਨੀ, ਸਰਕਾਰ ਬਣਾਈ ਸੀ, ਜੇ ਕੋਈ ਸਰਕਾਰ ਇੰਨਾ ਵੱਡਾ ਉਪਰਾਲਾ ਕਰਦੀ ਹੈ ਤਾਂ ਬਾਲਾ ਵਧੀਆ ਸੀ। ਬੀਬੀਆਂ ਦੇ ਲਈ ਇੱਕ ਜਿਹੜੇ ਲਾਲਚ ਲਿਆਂਦਾ ਭਾਈ ਬਹੁਤ ਵੱਡਾ, ਤੇ ਲੋਕਾਂ ਨੇ ਮੌਕਾ ਦੇਤਾ ਤੇ ਜਿਹੜੀ ਇਹ 4-5000 ਦਾ ਸੁਪਨਾ ਵਿਖਾਇਆ ਸੀ ਨਾ ਘਰਾਂ ਨੂੰ ਭਾਈ, ਉਹ ਮਹਿੰਗਾ ਬਹੁਤ ਪਿਆ। ਉਹ 4-5000 ਰੁਪਇਆ ਦਾ ਸੁਪਨਾ ਭਾਈ ਅਸੀਂ ਕਣਕ ਦੇ ਕੇ ਛੁੱਟੇ ਹਾਂ ਆਪਦੀ। ਸੁਪਨਾ ਲਿਆ ਸੀ 1000 ਦਾ ਤੇ ਦਾਣਿਆਂ ਤੋਂ ਵੀ ਗਏ ਨਾ, ਤੇ ਦਾਣੇ ਭਾਈ ਉਦੋਂ ਮਿਲਦੇ ਹੈ, ਇੱਕ ਤਾਂ ਮਿਲਦੇ 5 ਕਿਲੋ ਹੈ, ਇੱਕ ਉਦੋਂ ਮਿਲਦੇ ਜਦੋਂ ਅੰਗੂਠਾ ਲੱਗਦਾ, ਜਦੋਂ ਅੰਗੂਠਾ ਨੀ ਲੱਗਦਾ ਉਹ ਵੀ ਨੀ ਮਿਲਦੇ। ਤੇ ਜਿਹੜੀ ਲਾਈਨਾਂ 'ਚ ਖੜਿਆਂ ਦੀਆਂ ਲੜਾਈਆਂ ਹੋ ਜਾਂਦੀਆਂ, ਘਬਰਾ ਜਾਂਦੀਆਂ ਬੀਬੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਖੜਨਾ ਪੈਂਦਾ, ਮੂੰਹ ਨੇਰੇ ਲਾਈਨ ਲੱਗ ਜਾਂਦੀ ਹੈ। ਤੇ ਜੇ ਪੁੱਤ ਵਿਆਹਿਆ ਜਾਵੇ, ਕੋਈ ਬੱਚਾ ਜੰਮੇ, ਭਾਈ ਉਹਦਾ ਨਾਂ ਨੀ ਵਿੱਚ ਪਾਉਂਦੇ। ਆਪਾਂ ਜਿੰਨੇ ਕਾਰਡ ਨਵੇਂ ਲਾਏ ਸੀ ਇਹਨਾਂ ਨੇ ਉਹਦੇ ਵਿੱਚੋਂ ਉਹਦੇ ਕਾਰਡ ਕੱਟਤੇ ਆ।